ਸਾਹਿਤਕਾਰ ਸਿਮਰ ਸਦੋਸ਼ ਦੀ ਅਨੁਵਾਦਿਤ ਕਿਤਾਬ ਲੋਕ ਅਰਪਣ। ਸੀਨੀਅਰ ਪੱਤਰਕਾਰ ਅਤੇ ਸਾਹਿਤਕਾਰ ਸਿਮਰ ਸਦੋਸ਼ ਦੀ ਲਿਖੀ ਹਿੰਦੀ ਮਿੰਨੀ ਕਹਾਣੀਆਂ ਦੀ ਕਿਤਾਬ ਏਕ ਮੁੱਠੀ ਆਸਮਾਂ ਨੂੰ ਕਵੀ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਵੱਲੋਂ ਪੰਜਾਬੀ 'ਚ ਅਨੁਵਾਦ ਕੀਤਾ ਗਿਆ ਹੈ। ਦੀਪਕ ਚਨਾਰਥਲ ਦੀ ਇਹ ਅਨੁਵਾਦਿਤ ਕਿਤਾਬ ਆਟੇ ਦਾ ਦੀਵਾ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਨਾਮਵਰ ਹਸਤੀਆਂ ਵੱਲੋਂ ਲੋਕ ਅਰਪਣ ਕੀਤੀ ਗਈ, ਜਿਸ ਉਪਰੰਤ ਸਾਹਿਤਕ ਲਿਖਤਾਂ ਸੰਬੰਧੀ ਵਿਚਾਰ ਚਰਚਾ ਵੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਕੀਤੀ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਾਮਵਰ ਲੇਖਕ ਅਤੇ ਜਲੰਧਰ ਦੇ ਲੰਮਾ ਸਮਾਂ ਕਮਿਸ਼ਨਰ ਰਹੇ ਜੰਗ ਬਹਾਦਰ ਗੋਇਲ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸਿਮਰ ਸਦੋਸ਼ ਅਤੇ ਦੀਪਕ ਚਨਾਰਥਲ ਨਾਲ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਾਹਿਤਕਾਰ ਪ੍ਰੇਮ ਵਿਜ, ਮੋਹਨ ਸਪਰਾ, ਅਜੇ ਸ਼ਰਮਾ ਆਦਿ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਇਸ ਮੌਕੇ ਦੀਪਕ ਚਨਾਰਥਲ ਨੇ ਸਿਮਰ ਸਦੋਸ਼ ਜੀ ਦੀ ਲਿਖਣ ਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਸਿਮਰ ਸਦੋਸ਼ ਜੀ ਤੋਂ ਵੱਡਾ ਗਿਆਨ ਪ੍ਰਾਪਤ ਕੀਤਾ ਹੈ। ਸਿਮਰ ਸਦੋਸ਼ ਜੀ ਨਾਮਵਰ ਸਾਹਿਤਕਾਰ ਨੇ, ਪੱਤਰਕਾਰ ਨੇ, ਲੇਖਕ ਨੇ। ਉਹਨਾਂ ਦੀ ਇੱਕ ਕਿਤਾਬ ਹੈ ਏਕ ਮੁੱਠੀ ਆਸਮਾਂ, ਹਿੰਦੀ 'ਚ ਮਿੰਨੀ ਕਹਾਣੀਆਂ ਸੀ ਅਤੇ 73 ਕਹਾਣੀਆਂ ਸੀ। ਇੱਕ ਸਮਾਗਮ ਦੇ ਵਿੱਚ ਸਿਮਰ ਜੀ ਨੇ ਮੈਨੂੰ ਬੁਲਾਇਆ ਅਤੇ ਉਹ ਕਿਤਾਬ ਮੈਨੂੰ ਤੋਹਫੇ ਵਜੋਂ ਦਿੱਤੀ, ਪਰ ਮੈਨੂੰ ਸਮਾਂ ਨਹੀਂ ਲੱਗਾ। 3 ਮਹੀਨੇ 4 ਮਹੀਨੇ ਬਾਅਦ ਮੈਂ ਜਦੋਂ ਕਿਤਾਬ ਪੜ੍ਹਦਾ ਤਾਂ ਮੇਰੇ ਦਿਲ ਨੂੰ ਟੁੰਬਦੀ ਆ, ਮੈਨੂੰ ਝੰਜੋੜਦੀ ਆ ਕਿ ਦੀਪਕ ਇਹ ਕਹਾਣੀਆਂ ਪੰਜਾਬੀ ਪਾਠਕਾਂ ਤੱਕ ਵੀ ਪਹੁੰਚਣੀਆਂ ਚਾਹੀਦੀਆਂ। ਅਤੇ ਮੈਂ ਆਪਣੀ ਸੋਝੀ ਅਨੁਸਾਰ ਉਹਦੇ ਵਿੱਚੋਂ 25 ਕੁ ਕਹਾਣੀਆਂ ਚੁਣਦਾ ਅਤੇ ਉਹ ਇੱਕ ਛੋਟੀ ਕਿਤਾਬ 'ਚ ਆਟੇ ਦਾ ਦੀਵਾ ਉਸ ਨਾਂ ਦੇ ਤਹਿਤ ਮੈਂ ਇਹਨੂੰ ਪੰਜਾਬੀ ਕਿਤਾਬ ਦਾ ਰੂਪ ਦਿੰਦਾ। ਅਤੇ ਅੱਜ ਉਸ ਕਿਤਾਬ ਨੂੰ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਸ਼੍ਰੀ ਜੰਗ ਬਹਾਦਰ ਗੋਇਲ ਜੀ, ਲਖਵਿੰਦਰ ਜੌਹਲ ਜੀ ਅਤੇ ਸਿਮਰ ਸਦੋਸ਼ ਜੀ ਉਹਨਾਂ ਦੀ ਅਗਵਾਈ 'ਚ ਪੰਜਾਬੀ ਲੇਖਕ ਸਭਾ ਜਿਹੜੀ ਹੈ ਉਹਦੇ ਸਹਿਯੋਗ ਨਾਲ ਅਤੇ ਜਲੰਧਰ ਪ੍ਰੈਸ ਕਲੱਬ ਦੀ ਅਗਵਾਈ 'ਚ ਅਸੀਂ ਪ੍ਰੈਸ ਕਲੱਬ ਵਿਖੇ ਅੱਜ ਰਿਲੀਜ਼ ਕਰ ਰਹੇ ਹਾਂ। ਅਤੇ ਇਹਨਾਂ ਸਾਰੇ ਸਾਹਿਤਕਾਰਾਂ ਵੱਲੋਂ ਸਾਨੂੰ ਹੌਸਲਾ ਮਿਲਿਆ ਕਿ ਹਿੰਦੀ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਵੀ ਪੰਜਾਬੀ ਪਾਠਕਾਂ ਤੱਕ ਪਹੁੰਚਣ, ਉਹਦੇ ਲਈ ਅਸੀਂ ਯਤਨਸ਼ੀਲ ਹਾਂ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਦੋਵਾਂ ਲੇਖਕਾਂ ਨੂੰ ਵਧਾਈ ਦਿੱਤੀ। ਅੰਤ ਵਿੱਚ ਸਿਮਰ ਸਦੋਸ਼ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ। ਆਟੇ ਦਾ ਦੀਵਾ ਇਹ ਦੀਪਕ ਸ਼ਰਮਾ ਚਨਾਰਥਲ ਵੱਲੋਂ ਅਨੁਵਾਦਿਤ ਪੰਜਾਬੀ ਵਿੱਚ, ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦਿਤ ਪੁਸਤਕ ਹੈ। ਇਸਦੇ ਮੂਲ ਲੇਖਕ, ਇਸਦਾ ਮੂਲ ਲੇਖਕ ਮੈਂ ਯਾਨੀ ਸਿਮਰ ਸਦੋਸ਼ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਜਿਸ ਤਰ੍ਹਾਂ ਇਸ ਕਿਤਾਬ ਨੂੰ ਅਨੁਵਾਦ ਕੀਤਾ ਹੈ, ਆਮ ਤੌਰ 'ਤੇ ਕਿਹਾ ਜਾਂਦਾ ਕਿ ਜਿਹੜਾ ਮੂਲ ਲੇਖਣ ਹੈ ਉਹ ਤਾਂ ਵਰਖਾ ਦੀ ਇੱਕ ਬੂੰਦ ਜਾਂ ਉਸ ਕੰਧ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਸਪੋਂਟੇਨੀਅਸ ਸੁਭਾਵਿਕ ਰੂਪ 'ਚ ਆ ਜਾਂਦਾ ਹੈ, ਲੇਕਿਨ ਜਿਹੜਾ ਅਨੁਵਾਦ ਕਰਨ ਵਾਲਾ ਹੈ ਉਹ ਉਸ ਬੂੰਦ ਨੂੰ ਚੁੱਕ ਕੇ ਸਿੱਪੀ ਦੇ ਮੂੰਹ 'ਚ ਪਾਉਂਦਾ ਹੈ, ਫਿਰ ਉਹ ਜਾ ਕੇ ਮੋਤੀ ਬਣਦੀ ਹੈ। ਅਤੇ ਇਹ ਜਿਹੜੀ ਮੋਤੀਆਂ ਦੀ ਮਾਲਾ ਦੀਪਕ ਸ਼ਰਮਾ ਚਨਾਰਥਲ ਉਹਨਾਂ ਨੇ ਅਨੁਵਾਦ ਕੀਤੀ ਹੈ, ਮੈਨੂੰ ਇਹਦੇ 'ਚ ਸਭ ਤੋਂ ਵੱਡੀ ਇਹ ਖੁਸ਼ੀ ਨਹੀਂ ਹੈ ਵੀ ਇਹ ਕਿਤਾਬ ਮੇਰੀ ਹੈ, ਉਹ ਤਾਂ ਪਹਿਲਾਂ ਛਪੀ ਸੀ, ਲੇਕਿਨ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੋਈ ਹੈ ਕਿ ਦੀਪਕ ਸ਼ਰਮਾ ਨੇ ਆਪਣਾ ਪਿਆਰ, ਆਪਣਾ ਸੁਨੇਹ ਮੈਨੂੰ ਉਸਤਾਦ ਕਹਿ ਕੇ ਜਾਂ ਮੈਨੂੰ ਗੁਰੂ ਕਹਿ ਕੇ ਇਹ ਮੇਰੇ ਸਿਰ 'ਤੇ ਰੱਖਿਆ ਹੈ। ਮੈਨੂੰ ਇਹ ਬਹੁਤ ਚੰਗਾ ਲੱਗਾ, ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇਹ ਸੁੱਖ ਹੈ। ਲਘੂ ਕਥਾ ਨੂੰ ਕਦੀ ਫਿਕਰੇਬਾਜ਼ੀ ਜਾਂ ਛੋਟੀ ਕਹਾਣੀ ਜਾਂ ਐਵੇਂ ਚੁਟਕਲੇਬਾਜ਼ੀ ਕਹਿ ਕੇ ਨਕਾਰਿਆ ਜਾਂਦਾ ਸੀ, ਲੇਕਿਨ ਦੀਪਕ ਸ਼ਰਮਾ ਚਨਾਰਥਲ ਵਰਗੇ ਬੰਦਿਆਂ ਨੇ ਜਾਂ ਲਘੂ ਕਥਾ ਲਿਖਣ ਵਾਲਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਲਘੂ ਕਥਾ ਅੱਜ ਓਨੀ ਹੀ ਮਾਨਤਾ ਪ੍ਰਾਪਤ ਵਿਧਾ ਹੈ ਸਾਹਿਤ ਦੀ ਜਿੰਨਾ ਕਿ ਉਪਨਿਆਸ, ਜਿੰਨਾ ਕਿ ਕਹਾਣੀ ਜਾਂ ਜਿੰਨੀ ਹੋਰ ਵਿਧਾ। ਅਤੇ ਅੱਜ ਦੀਪਕ ਸ਼ਰਮਾ ਚਨਾਰਥਲ ਦੀ ਇਹ ਕਿਤਾਬ ਇਹਦਾ ਘੁੰਡ ਚੁੱਕਾ ਇਹ ਰਿਲੀਜ਼ ਕੀਤੀ ਗਈ ਹੈ, ਮੈਨੂੰ ਬੜਾ ਚੰਗਾ ਲੱਗਿਆ ਹੈ। ਮੈਂ ਮਹਿਸੂਸ ਕਰਦਾ ਵਾਂ ਕਿ ਦੀਪਕ ਸ਼ਰਮਾ ਚਨਾਰਥਲ ਇਸ ਅਨੁਵਾਦ ਵਿੱਚ ਇੰਨੀ ਲਘੂ ਕਥਾਵਾਂ ਸ਼ਾਇਦ ਸਫਲ ਨਹੀਂ ਸਨ ਜਿੰਨਾ ਅਨੁਵਾਦ ਕਰਕੇ ਆਟੇ ਦਾ ਦੀਵਾ ਵਿੱਚ ਇਹਨੇ ਦੀਪਕ ਸ਼ਰਮਾ ਚਨਾਰਥਲ ਨੇ ਜ਼ਿੰਦਗੀ ਪਾ ਦਿੱਤੀ ਹੈ, ਜਾਨ ਪਾ ਦਿੱਤੀ। ਥੈਂਕ ਯੂ।